ਖਰੜ ਦੇ ਵਿਦਿਆ ਵੈਲੀ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾਕਟਰ ਸੁਮਨ ਲਤਾ ਨੇ ਕਿਹਾ ਹੈ ਕਿ ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਾ ਅਤੇ ਸਾਂਝ ਦਾ ਪ੍ਰਤੀਕ ਹੈ। ਇਸ ਮੌਕੇ ਬੱਚਿਆਂ ਵੱਲੋਂ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ ਅਤੇ ਮੂੰਗਫਲੀ ਤੇ ਰੇਵੜੀਆਂ ਬੱਚਿਆਂ ਨੂੰ ਵੰਡੀਆਂ ਗਈਆਂ, ਜਿਸ ਵਿੱਚ ਸਕੂਲ ਦੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਵੱਧ ਚੜ ਕੇ ਹਿੱਸਾ ਲਿਆ ਗਿਆ। ਅੱਜ ਇਸ ਲੋਹੜੀ ਕੇ ਤਿਉਹਾਰ ਪੇ ਸਾਰੇ ਹੀ ਬੱਚੇ ਬਹੁਤ ਹੀ ਸੁੰਦਰ ਪੰਜਾਬੀ ਅਟਾਇਰਸ ਮੇ ਤਿਆਰ ਹੋ ਕੇ ਆਏ ਹੈ। ਲੜਕੀਓ ਨੇ ਜੋ ਹੈ ਸੂਟਸ ਡਾਲੇ ਹੋਏ ਹੈ, ਕਲਰਫੁੱਲ ਪਰਾਂਦੇ ਲਗਾਏ ਹੋਏ ਹੈ, ਔਰ ਜੋ ਬੋਆਇਜ਼ ਹੈ ਕੁੜਤਾ ਪਜਾਮਾ ਡਾਲ ਕੇ ਉਹ ਗਿੱਧਾ ਭੰਗੜਾ ਔਰ ਡਾਂਸ ਕਰ ਰਹੇ ਹੈ, ਪੋਇਮਸ ਗਾ ਰਹੇ ਹੈ, ਸੌਂਗਸ ਗਾ ਰਹੇ ਹੈ। ਦੈਟ ਇੰਟਾਇਰ ਕੈਂਪਸ ਇਜ਼ ਹੈਵਿੰਗ ਅ ਫੈਸਟਿਵ ਸਪਿਰਿਟ। ਅਲੋਂਗ ਵਿਦ ਦੈਟ ਬੋਨਫਾਇਰ ਚਲਾ ਕੇ ਇਸ ਤਿਉਹਾਰ ਕੇ ਜੋ ਰਸਮ ਹੈ ਉਸਕੋ ਨਿਭਾਇਆ ਗਿਆ ਔਰ ਸਾਰੇ ਬੱਚੋਂ ਕੋ ਮੇ ਰੇਵੜੀ ਗੱਚਕ ਮੂੰਗਫਲੀ ਕੋ ਡਿਸਟ੍ਰੀਬਿਊਟ ਕੀਆ ਗਿਆ। ਦੱਸ ਦੇਈਏ ਕਿ ਲੋਹੜੀ ਦੇ ਤਿਉਹਾਰ ਮੌਕੇ ਹਰ ਸ਼ਹਿਰ 'ਚ ਵੱਖ ਵੱਖ ਸਮਾਗਮ ਕਰਵਾਏ ਗਏ। ਸੰਗਰੂਰ ਤੋਂ ਅਸ਼ਵਨੀ ਕੁਮਾਰ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।